بسم اللہ الرحمن الرحیم ایا کنابودو ویا گنستائن اهد نسراط المستقیم السلام علیکم پاکستانی فارمر میں تہاڈا ویر مصطفی علوی کسان ویرو جیڑی گندم دے کھیت وچ اج اسی موجود ہیں اے ہوجی گندم نہ پاکستان چ پہلے آئی ہے نہ لگی ہے اور انشاءاللہ اے کریڈٹ صرف لاہور دے وچ علوی فارم والے نوں جاندا وے جنہاں نے اے گندم ਲਿਆਂਦੀ ਔਰ ਲਗਾਈ ਇਹਦੀ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਸਿੱਟੇ ਜਿਹੜੇ ਆ ਉਹਨਾਂ ਦੀ ਲੈਂਥ ਔਰ ਉਹਨਾਂ ਦੀ ਮੋਟਾਈ ਬਹੁਤ ਜ਼ਿਆਦਾ ਵਹ ਔਰ ਇਸ ਗੰਧਮ ਦੇ ਕੱਦ ਦੀ ਅਗਰ ਗੱਲ ਕਰੀਏ ਤੇ ਇਹ ਜ਼ਮੀਨ ਜੇ ਇਹ ਜ਼ਮੀਨ ਥੱਲੇ ਵੇਖ ਲਓ ਤੁਸੀਂ ਠੀਕ ਹੋ ਗਿਆ ਜੀ ਤੇ ਇਹ ਗੰਧਮ ਦਾ ਪੌਦਾ ਜੇ ਸਿਰਫ 1.5 ਫੁੱਟ ਜਾਂ بڑا ਹੋਇਆ ਸਿੱਟੇ ਸਮੇਂ ਤੇ 2 ਫੁੱਟ ਦਾ ਕੱਦ ਜੇ ਤੇ ਜੇ ਅਸੀਂ ਗੰਧਮ ਦੇ ਸਿੱਟੇ ਦੀ ਗੱਲ ਕਰੀਏ ਤੇ ਗੰਧਮ ਦਾ ਸਿੱਟਾ ਜਿਹੜਾ ਵਹ ਉਦੀ ਹਾਈਟ ਘਟੋ ਘਟ 11 ਇੰਚ ਦਸੀ ਜਾਂਦੀ ਹੈ ਤੇ ਪੂਰੀ ਪੈਲੀ ਚ ਇਹ ਨਹੀਂ ਕਿ ਬੰਨੇ ਦੇ ਉੱਤੇ ਪੂਰੀ ਪੈਲੀ ਚ ਇੱਕੋ ਜੇ ਸਿੱਟੇ ਤੇ ਨਜ਼ਾਰੇ ਵਾਲੀ ਫਸਲ ਹੈ ਜਿਹੜੇ ਕਿਸਾਨ ਵੀਰਾਂ ਦੀ ਪਾਕਿਸਤਾਨ ਦੇ ਮੁxtਲਫ ਹਿੱਸਿਆਂ 'ਚ ਨੇਰੀ ਤੂਫਾਨ ਨਾਲ ਜ਼ਾਲਾ ਬਾਰਿਨਾ ਕਣਕ ਡਿੱਗ ਜਾਂਦੀ ਹੈ ਉਹਨਾਂ ਦੀ ਹੁਣ ਮੌਜਾਂ 'ਵਾਂ ਹੁਣ ਕਣਕ ਨਹੀਂ ਉਹਨਾਂ ਦੀ ਡਿੱਗੇਗੀ ਐਸ ਬੰਦੇ ਨੇ ਇਹਨੂੰ ਛੇਵਾ ਪਾਣੀ ਲਾ ਦਿੱਤਾ ਵਾ ਥੱਲੇ ਜ਼ਮੀਨ ਹਜੇ ਵੀ ਤੁਸੀਂ ਵੇਖ ਸਕਦੇ ਜੇ ਕਿ ਇਹ ਨਰਮ ਹੈਗੀ ਹੈ ਔਰ ਗਿੱਲੇ ਵਤਰੇ ਪਾਣੀ ਲਾਈ ਜਾਂਦੇ ਆ ਔਰ ਖਾਦਾ ਸੁੱਟੀ ਜਾਂਦੇ ਆ ਮਹਿਰਾਨ ਹੈ ਇਹ ਖੇਤ ਵੇਖ ਕੇ ਕਿ ਇਹਦਾ ਸਿੱਟਾ ਵੀ ਲੰਬਾ ਔਰ ਸਭ ਤੋਂ ਵੱਡੀ ਗੱਲ ਅਸੀਂ ਇਹਦੇ ਘਾਰ ਅਗਰ ਗਿਣੀਏ ਆਪਾਂ ਇਹਦੇ ਘਾਰ ਗਿਣਨੇ ਆ ਜੀ ਇੱਕ ਸਾਈਡ ਦੇ 1 2 3 4 5 6 7 8 9 10 11 12 13 14 15 ਜੀ ਘਾਰ ਹੈ ਇਹ ਇੱਕ ਸਾਈਡ ਦੇ ਯਾਨੀ ਕਿ ਦੋਨੋਂ ਸਾਈਡਾਂ ਦੇ ਸਿੱਟੇ ਦੇ ਘਾਰ ਹੈ ਜੀ 30 ਹੁਣ ਅਸੀਂ ਨਾ ਇਹਦਾ ਇੱਕ ਤੋੜਦੇ ਆ ਇਥੋਂ ਸਿੱਟਾ ਇੱਕ ਘਾਰ ਤੋੜਦੇ ਆ ਤੋੜ ਕੇ ਤੇ ਇਹਦੇ ਦਾਣੇ ਕਰਦੇ ਆ ਵੱਖਰੇ ਇੱਕ ਘਾਰ ਦੇ ਪੂਰੇ ਘਾਰ ਦੇ ਨਾ ਮੈਂ ਵੱਖਰੇ ਕਰਦਾ ਮੈਂ ਇੱਕ ਨਾਲ ਰਹਿ ਗਿਆ ਲੱਗਾ ਇਹ ਇਹ ਵੀ ਤੋੜਤਾ ਹੁਣ ਦੇ ਆਪਾਂ ਦਾਣੇ ਗਿਣਨੇ ਇੱਕ ਘਰ ਚ ਕਿੰਨੇ ਦਾਣੇ ਆ ਤੇ ਬੰਦਾ ਮੈਂ ਕੱਲਾ ਸੀ ਜੀ ਇਥੋਂ ਮੈਂ ਘਾਰ ਤੋੜਿਆ ਵਾ ਆ ਵੇਖੋ ਕੈਮਰਾ ਮੈਨੂੰ ਖਿਲਾਰਨਾ ਪਿਆ ਵਾ ਤੇ ਇੱਕ ਸਾਈਡ ਦੇ ਹੀ 15 ਗਿਨੇ ਆ ਜੀ ਦੂਜੀ ਸਾਈਡ ਦੇ ਵੀ 15 ਜਾਣੇ ਕਿ ਟੋਟਲ 30 ਬਣਦੇ ਆ ਤੇ ਇਹ ਜਨਾਬ ਦਾਣੇ ਨਿਕਲੇ ਜੀ ਇੱਕ ਘਾਰ ਚੋਂ 1 2 3 4 5 6 7 ਗੱਲ ਹੁਣ ਮੈਂ ਬੰਦਾ ਸੀ ਕੱਲਾ ਨਹੀਂ ਤੇ ਮੈਂ ਤੁਹਾਨੂੰ ਇੱਕ ਇੱਕ ਖੋਲ ਕੇ ਦੱਸਦਾ ਆ ਦਾਣੇ ਇੱਕ ਘਾਰ ਦੇ ਵਿੱਚ ਜੇ ਤੇ 30 ਨਾਲ ਜ਼ਰਬ ਦੇ ਲੋ ਇਹਦੇ ਵਿੱਚ ਇਹਨੂੰ 30 ਨਾਲ ਜ਼ਰਬ ਦੇ ਲੋ ਜ਼ਰਬ ਦਮਾ ਹੁਣ ਜ਼ਰਾ ਆਪਣੇ ਜਿਹੜਾ ਵੈਣਾ ਉਹ ਕੈਲਕੂਲੇਟਰ ਤੇ ਯਾਨੀ ਕਿ ਇੱਕ ਸਿੱਟੇ ਦੇ ਨਾਲੋਂ ਭਾਈ ਜਾਨ ਟੋਟਲ ਉਹਦੀਆਂ ਕੁੜੀਆਂ ਜਿਹੜੀਆਂ ਇੱਕ ਸਾਈਡ ਦੀਆਂ ਉਹ 15 ਵਾਂ ਦੋ ਸਾਈਡਾਂ ਦੀਆਂ 30 ਹੋ ਗਈਆਂ ਇੱਕ ਕੁੜੀ ਅਸੀਂ ਤੋਰੀ ਹੈ ਇੱਥੋਂ ਇਹ ਵੇਖੋ ਨਿਸ਼ਾਨ ਹੈ ਠੀਕ ਹੈ ਇੱਥੋਂ ਕੁਰੀ ਤੋੜੀ ਹੈ ਕੁਰੀ ਤੋੜ ਕੇ ਤੇ ਇਹ ਦੇ ਵਿੱਚ ਦਾਣੇ ਕੱਢੇ ਆ ਇਹ ਦਾਣੇ 1 2 3 4 5 6 7 ਦਾਣੇ ਜਨਾਬ ਅਲhamdulillah ਹੁਣ ਮੈਂ ਇਹਨਾਂ ਦੀ ਸਫਾਈ ਵੀ ਕਰ ਲੈਣਾ ਦਾਣਿਆਂ ਦੀ ਲੋ ਜੀ ਕਿਸਾਨ ਵੀਰੋ ਮੈਂ ਇਹਦੀ ਸਫਾਈ ਕਰ ਲਈ ਹੈ ਦਾਣਿਆਂ ਦੀ ਦਾਣੇ ਕੱਢ ਲੇ ਬਾਹਰ ਇਹ ਫਸਲ ਵੇਖਣ ਵਾਲੀ ਹੈ ਜੀ ਬਾਕੀ ਗੱਲਾਂ ਦੀਆਂ ਗੱਲਾਂ ਇੱਥੇ ਆ ਕੇ ਫਸਲ ਵੇਖੋ ਇਹ ਐਡਰੈਸ ਲਾਹੌਰ ਦਾ ਬਾਰਡਰ ਵਾਲੀ ਸਾਈਡ ਦਾ ਵਾ ਜੀ ਡੀ ਐਚ اے ਫੇਸ 7 ਇਹਨਾਂ ਦੇ ਲੱਗੇ ਆ ਸਭ ਤੋਂ ਵੱਡੀ ਗੱਲ ਹੈ ਫਸਲ ਵੇਖਣ ਵਾਲੀ ਹੈ ਹੈਰਤ ਅੰਗੇਜ਼ਾ ਕੈਮਰੇ ਦੇ ਵਿੱਚ ਸਿੱਟਾ ਨਹੀਂ ਪੂਰਾ ਆਣਾ ਜਿੱਡਾ ਮੋਟਾ ਸਿੱਟਾ ਵਾ ਮੈਂ ਤੁਹਾਨੂੰ ਬਲੀਵ ਕਰਕੇ ਦੱਸ ਸਕਦਾ ਮੈਂ ਭਾਈ ਐਡਾ ਮੋਟਾ ਸਿੱਟਾ ਵੈ ਔਰ ਹੁਣ ਅਗਰ ਅਸੀਂ ਅਸੀਂ ਕੁਰੀਆਂ ਦੀ ਗੱਲ ਕਰ ਲਈਏ ਇਹਦੀਆਂ ਵੀ ਕੁਰੀਆਂ ਗਿਣ ਲੈਣੇ ਆ ਠੀਕ ਹੈ ਜੀ ਇੱਕ ਸਾਈਡ ਦੀਆਂ ਅਗੌਰ ਨਾਲ ਮੇਰੇ ਨਾਲ ਗਿਣੋ ਜੀ 1 2 3 4 5 6 7 8 9 10 11 12 13 14 ਤੇ 15 ਇਹਦੀਆਂ ਵੀ 15 ਜੀ ਕੁਰੀਆਂ ਇੱਕ ਸਾਈਡ ਦੀਆਂ ਜੀ ਠੀਕ ਹੋ ਗਿਆ ਜੀ ਮੈਂ ਆ ਵੀਡੀਓ ਜ਼ਰਾ ਕਲੋਜ਼ ਕਰਦਾ ਵਾਂ ਕੈਮਰੇ ਚ ਪੂਰੇ ਹੀ ਨਹੀਂ ਆਉਂਦੇ ਆ ਸਿੱਟਾ ਬੰਦਾ ਕਰੇ ਕੀ ਠੀਕ ਹੈ ਜੀ ਇਹਨੂੰ ਗੌਰ ਨਾਲ ਗਿਣੋ ਜੀ ਘੁਰੀਆਂ ਨੂੰ ਤੇ ਇੱਕ ਘਾਰ ਦੇ ਵਿੱਚੋਂ ਯਾਨੀ ਕਿ ਇੱਕ ਘੁਰੀ ਜਿਹੜੀ ਤੋੜੀ ਐ ਸਾਈਡ ਦੀ 15 ਆਧ 15 ਹੀ ਆਵੇ ਠੀਕ ਐ 30 ਘੁਰੀਆਂ ਇੱਕ ਦੇ ਵਿੱਚੋਂ 7 ਦਾਣੇ ਪਾਕਿਸਤਾਨ 'ਚ ਕੋਈ ਬੰਦਾ ਦੱਸੇ ਜੀ ਉਹਦੀ ਗੰਦਮ ਦੇ ਵਿੱਚ ਇੱਕ ਘੁਰੀ 'ਚੋਂ 7 ਦਾਣੇ ਨਿਕਲੇ ਹੁਣ 30 ਘੁਰੀਆਂ ਨੂੰ 7 ਨਾਲ ਜ਼ਰਬ ਦਿਵੋ ਜੀ ਇਹ ਤਕਰੀਬਨ ਜੀ 121 ਦਾਣੇ ਬਣਦੇ ਆ ਜੀ ਮਾਸ਼ਾਅੱਲਾ ਅਲਹਮਦੁਲਿਲਾ ਕੋਈ 60 ਦਾਣੇ ਨਹੀਂ 30 ਨਹੀਂ 70 ਨਹੀਂ ਠੀਕ ਹੈ ਅਲ ਹਮਦੁਲillah ਅੱਲਾ ਦੇ ਕਰਮੋ ਫਜ਼ਲ ਦੇ ਨਾਲ ਮੈਂ ਨਾ ਲੱਖਾਂ ਕਰੋੜਾਂ ਰਹਿਮਤਾਂ ਰੱਬ ਦੀਆਂ ਕਿ ਇਹ ਰੋਡ ਦੇ ਉੱਤੇ ਜੀ ਇਹ ਗੰਧਮ ਲੱਗੀ ਆ ਲਾਗੇ ਕਣਕਾਂ ਬਹੁਤ ਵੱਡੀਆਂ ਲਾਗੇ ਕਣਕਾਂ ਬਹੁਤ ਵੱਡੀਆਂ ਤੇ ਐ ਸੜਕ ਦੇ ਬਸ ਸਿਰ ਤੇ ਆਉਂਦੀ ਕਣਕ ਜਿਹੜੀ ਸੜਕ ਹੈ ਉਹਦੇ ਬਿਲਕੁਲ ਲੈਵਲ ਤੇ ਜ਼ਮੀਨ ਤੋਂ ਸੜਕ ਦੀ ਕਿੰਨੀ height ਹੋਏਗੀ ਕੁਝ ਵੀ ਨਹੀਂ ਹੋਏਗੀ ਆਹ ਆ ਜ਼ਮੀਨ ਆ ਤੇ ਆ ਸਿੱਟਾ ਵੈ ਸਾਰਾ ਠੀਕ ਹੈ ਜੀ ਤੇ ਲੋਕ ਨੰਗ ਰਹੇ ਆ ਸੜਕ ਦੇ ਉੱਤੇ ਲੱਗੀ ਐ ਮੈਂ ਨਾ ਕਮਾਲ ਐ ਕਮਾਲ ਕਣਕ ਐ ਪੱਕਣ ਦੀ ਤਰਫ ਜਾ ਰਹੀ ਐ ਅੱਜ 8ਵਾਂ ਰੋਜ਼ਾ ਵੈ ਤੇ ਦੇਣ ਜਿਹੜਾ ਵੈ ਉਹ ਮੰਗਲ ਦਾ ਵੈ ਇਸ ਕਣਕ ਦੀ ਅਗਰ ਗੱਲ ਕਰੀਏ ਤੇ ਇਹਨੂੰ ਰੱਬ ਨੇ ਬਚਾਇਆ ਵੈ 31 ਜਨਵਰੀ ਸਨ 2024 ਵਾਲੇ ਦਿਨ ਇਹਦੇ ਉੱਤੇ ਇੰਨਾ ਕੁ ਗੜਾ ਪਿਆ ਜਿਹਨੂੰ ਉਹ ਜ਼ਾਲਾਬਾਰੀ ਕਹਿੰਦੇ ਆ ਔਰ ਲਾਹੌਰ ਦੀ ਤਰੀਖ ਦੇ ਵਿੱਚ ਪਹਿਲੀ ਵਾਰੀ ਇਹ ਨਾ ਜ਼ਾਲਾਬਾਰੀ ਹੋਈ ਇਹ ਤੇ ਟੁੱਟ ਗਈ ਸੀਗੀ ਇਹਦਾ ਤਾਂ ਪੱਤਾ ਹੀ ਬਹੁਤ ਚੌੜਾ ਸੀ ਦੋ ਉਂਗਲਾ ਬਰਾਬਰ ਤੇ ਇਹ ਟੁੱਟੀ ਹੋਈ ਦੁਬਾਰਾ ਹੋਈ ਹੈ ਔਰ ਅਲhamdulillah ਇਹਦੇ ਵਿੱਚ ਤੁਹਾਡੇ ਸਾਹਮਣੇ ਦਾਣੇ ਗਿਣੇ ਐ ਕਿ ਇੰਨੇ ਇਹਦੇ ਗਿਆ ਘੁਰੀਆਂ ਵੈ ਔਰ ਇੱਕ ਘੁਰੀ ਤੋੜੀ ਹੈ ਤੇ ਇੱਕ ਘੁਰੀ ਚ ਸੱਤ ਦਾਣੇ ਨਿਕਲੇ ਐ ਅੱਛਾ ਜੀ ਕਿਸਾਨ ਵੀਰੋ ਇਸ ਕਣਕ ਦਾ ਜਿਹੜਾ ਨਾਮ ਹੈ ਉਹ ਹੈ PK11 ਇਨਕਲਾਬੀ ਵੈਰਾਈਟੀ ਹੈ ਇਹ ਕਣਕ ਬਹੁਤ ਸੋਹਣੀ ਸੀਗੀ ਬਹੁਤ ਸੋਹਣੀ ਸੀਗੀ ਇਹਨੂੰ ਨਜ਼ਰ ਲੱਗੀ ਹੈ ਇੱਥੇ ਜਿਹੜਾ ਗੜੇ ਪਏ ਜਿਹੜੀ ਜ਼ਾਲਾਬਾਰੀ ਹੋਈ ਹੈ ਇੰਨੀ ਹੋਈ ਇੰਨੀ ਹੋਈ ਕਿ ਇਹ ਤਾਂ ਜਿਹੜੀ ਹੁਣ ਕਣਕ ਬਚੀ ਹੈ ਨਾ ਇਹ ਤੇ ਗنیمਤ ਹੈ ਹੁਣ ਆਪਾਂ ਇਹਦੇ ਕਦ ਦੀ ਗੱਲ ਕਰ ਲਈਏ ਤੇ ਮੈਂ ਪੈਰੀ ਦੇ ਵਿੱਚ ਖੜਾ ਮੈਂ ਤੇ ਇਹ ਜਨਾਬ ਥੱਲੇ ਜ਼ਮੀਨ ਹੈ ਠੀਕ ਹੋ ਗਿਆ ਤੇ ਆ ਗੋਡਾ ਵੈ ਆ ਗੋਡੇ ਤੋਂ ਥੋੜੀ ਮਾੜੀ ਉੱਤੇ ਹੁੰਦੀ ਹੈ ਠੀਕ ਹੋ ਗਿਆ ਜੀ ਤੇ ਅੰਦਾਜ਼ਾ ਕਰੋ ਜੀ ਇੱਕ ਗੋਡਾ ਜਿੱਡੀ ਇਹਦੀ ਇਹਦੀ ਹਾਈਟ ਹੈ ਕੋਈ ਖੇਲਾ ਤੇ ਨਹੀਂ ਲਈ ਇਹ ਸਿੰਪਲ ਛਟਾ ਦਿੱਤਾ ਵਾ ਜੀ ਤੇ ਕਿਸਾਨ ਵੀਰੋ ਤੇਜ਼ ਆਂਦੀ ਤੂਫਾਨ ਚ ਇਹ ਡੇਗਦੀ ਕੋਈ ਨਹੀਂ ਇਹਦਾ 20 ਹਾਸਲ ਕਰਨ ਵਾਸਤੇ ਤੁਸੀਂ ਦਿੱਤੇ ਗਏ ਨੰਬਰ ਤੇ ਰਾਬਤਾ ਕਰੋ ਮੈਂ ਆਪਣੀ ਹਿਸਟਰੀ ਦੇ ਵਿੱਚ ਇਹੋ ਜੀ ਕਣਕ ਨਹੀਂ ਵੇਖੀ ਜਿਹਦੇ ਸਿੱਟੇ ਦੇ ਵਿੱਚ 100 ਤੋਂ ਉੱਤੇ ਦਾਣੇ ਨਿਕਲਣ ਔਰ ਇਸ ਕਿਸਾਨ ਨੇ 25000 ਰੁਪਏ ਕਿਲੋ ਲਿਆ ਕੇ ਇਹ ਬੀਲ ਆਇਆ ਇਹਨਾਂ ਨੇ ਕੋਈ ਕਿੱਲੇ ਦਾ 2.7 ਲੱਖ ਰੁਪਏ ਚ ਲਿਆ ਕੇ ਲਾਇਆ ਜੀ ਤੇ ਇਹ ਸਿਰਫ ਪਾਕਿਸਤਾਨ ਦੇ ਵਿੱਚ 6 ਕਨਾਲਾਂ ਥਾਂ ਲੱਗਾ ਹੋਇਆ ਮੇਰੀ ਇੱਕ ਸਿੱਟੇ ਦੇ ਨਜ਼ਰ ਪਈ ਹੈ ਤੇ ਸਿੱਟੇ ਚੜ ਚੜ ਆਉਂਦੇ ਪਤ ਨਹੀਂ ਇਹਨਾਂ ਨੇ ਖੁਰਾਕ ਹੀ ਨਹੀਂ ਪਾਈ ਹੈ ਇਹ ਗੌਰ ਕਰੋ ਜੀ ਮੈਂ ਕੈਮਰਾ ਹੋਰ ਕਲੋਜ਼ ਕਰਦਾ ਮੈਂ ਕਿ ਸਿੱਟੀਆਂ ਦੇ ਉੱਤੇ ਦਾਣੇ ਦੇ ਉੱਤੇ ਦਾਣਾ ਚੜਿਆ ਹੋਇਆ ਉਹ ਸ਼ਾਖਾਂ ਮਾਰਨ ਦੇ ਆ ਸਿੱਟਾ ਬੜੀ ਹੈਰਾਨਗੀ ਵਾਲੀ ਗੱਲ ਹੈ ਤੇ ਸੁਭਾਨ ਅੱਲਾਹ ਜੀ ਸੁਭਾਨ ਅੱਲਾਹ ਮੈਂ ਇਹੋ ਜਿਹਾ ਸਿਟਾ ਵੀ ਕਦੀ ਪਹਿਲੇ ਵੇਖਿਆ ਠੀਕ ਹੈ ਮੈਂ ਆ ਵੇਖੋ ਜੀ ਸਿਟਾ ਤੁਹਾਨੂੰ ਦਿਖਾ ਦਿੰਦਾ ਮੈਂ ਆ ਸਿਟਾ ਜੀ ਸਿਟੇ ਦੇ ਉੱਤੇ ਸ਼ਾਖਾ ਨਿਕਲੀਆਂ ਜੀ ਕਿਆ ਬਾਤ ਹੈ ਜੀ ਸਦਕੇ ਮੈਂ ਕੁਰਬਾਨ ਜਾਵਾਂ ਇਸ ਵੈਰੈਟੀ ਦੇ ਤੇ ਇਸ ਵੈਰੈਟੀ ਦਾ ਬੀ ਹਾਸਲ ਕਰਨ ਵਾਸਤੇ ਜੀ ਤੁਸੀਂ ਜਲਦ ਜਲ ਰਾਬਤਾ ਕਰੋ 6 ਕਨਾਲਾ ਇਹ ਥਾਂ ਲਗਾ ਪਾਕਿਸਤਾਨ ਦੇ ਵਿੱਚ ਤੇ ਇਹ ਜਿਹੜੇ ਲੋਕੀ ਮਹਿੰਗੇ ਬੀ ਲੈਂਦੇ ਆ ਸਿਰਫ ਪਾਕਿਸਤਾਨੀਆਂ ਵਾਸਤੇ ਤਾਂ ਕਿ ਅੱਛੀ ਪੈਦਾਵਾਰ ਹਾਸਲ ਹੋ ਸਕੇ ਔਰ ਇਹ ਰਿਕਾਰਡ ਪੈਦਾਵਾਰ ਹੈ ਇਹ ਤਾਂ ਮੈਨੂੰ ਲੱਗਦਾ ਵਾ 100 21 ਦਾਣੇ ਜਿਸਰਾ ਇਹ ਤੇ پیداوار 100 ਮਨ ਤੋਂ ਟੱਪ ਜਾਵੇ ਠੀਕ ਹੈ ਇਹ ਤੇ ਹੁਣ ਅਗਲੇ ਸਾਲ ਪਤਾ ਲੱਗੇਗਾ ਆਪਣਾ ਕਿਸਾਨ ਵੀਰ ਜਿਹੜੇ ਪਾਕਿਸਤਾਨ ਚ ਲਾਂਣਗੇ ਨਾ ਕੋ ਬੀ ਲੈ ਕੇ ਕਿ ਉਹਨਾਂ ਦੀ پیداوار ਕਿੰਨੀ ਆਈ ਹੈ ਤੇ ਇੱਕ ਹੋਰ ਜਿਹੜੀ ਹੈਰਤ ਅੰਗੇਜ਼ ਗੱਲ ਹੈ ਇਹਨਾਂ ਬੰਦਿਆਂ ਨੇ ਪੈਲੀ ਦੇ ਵਿੱਚ ਗਾੜ ਵੀ ਭਾਇਆ ਤਾਂ ਕਿ ਉਹ ਚੌਂਕੀਦਾਰਾ ਕਰਨ ਇਸ ਗੰਦਨ ਦੀ ਰਾਖੀ ਰੱਖਣ ਸਾਢੇ 7 ਲੱਖ ਰੁਪਏ ਦਾ ਬੀ 6 ਕਨਾਲਾਂ ਦਾ ਲਿਆ ਕੇ ਇਹਨਾਂ ਨੇ ਪਾਇਆ ਵੈ ਜੀ ਇਸ ਇਨਕਲਾਬੀ ਵੈਰਾਈਟੀ ਦਾ ਜਲਦ ਜਲਦ ਇਹਨਾਂ ਕੋ ਸੀਡ ਲੈ ਲਓ ਤਾਂ ਕਿ ਤੁਸੀਂ ਵੀ ਫਾਇਦਾ ਹਾਸਲ ਕਰ ਸਕੋ ਮੈਂ ਇਹੋ ਜੀ ਕਣਕ ਨਹੀਂ ਵੇਖੀ ਮੈਂ ਇਹਨਾਂ ਸਦਕੇ ਜਾਵਾਂ ਸੁਭਾਨ ਅੱਲਾਹ ਜੀ ਸੁਭਾਨ ਅੱਲਾਹ